फिर तो थोड़ा सारे का स्वागत आरजे रीमा है तुहाडे नाल स्पाइस ड्राइव विद आरजे रीमा दे विच जिथे असी तुहानू हर तरह की जानकारी देने उत्थे तुहाडी सेहत का ख्याल रखना भी रेडियो स्पाइस का मुढ़ला फर्ज है। सो सेहत की गल जदों आउंदी है तो साडे विचों बहुत सारे लोग जिहड़े ने बहुत सारे भरम दे विच पै जांदे ने। सानू माड़ी जी दर्द उठती है, भावें उह सिर दर्द है, भावें उह पेट दर्द है, साडे कोल ढेर सारियां दवाइयां ने। असीं अपने घरां दे विच मैडिकल किट्टां बनाईआं होईआं ने। आपां तां आम तौर ते वी कहिंदे आ कि मावां जिहड़ियां हुंदीआं ना छोटे बच्चों दियाँ वो अद्धियां डॉक्टर बन जाए, उन्होंने पता है पेट दर्द है तो आह दवाई देनी है, बुखार है तो आह दवाई देनी है। इन्ह सारिया चीज़ों का इलाज असी हूँ डॉक्टर के कोल जाके करन लग पे हैं, लेकिन पहले टाइम की गल करिए तो पहले जमाने के साड़िया दादिया नानिया घर ओड़ पोड़ कर दियाँ सी। ओड़ पोड़ यानी कि आयुर्वेद, एंड आयुर्वेद ही है जीवन का आधार। सो एक बार फिर तो स्वागत करते हैं जी। कोई भी थोड़ा सवाल हो सवाल कर सकते हो सुभाष गोयल जी ने नाल, एंड नंबर थानू एक बार फिर तो दस दिनी 82 88 30 400 64 21 409 600 सानू डायरैक्ट वट्सएप करके अपनी समस्या दस सकते हो। जे तुसी कोई दवाई ऑर्डर करनी है तो वो जिहड़े साडे सुभाष गोयल जी ने उन्हां दा नंबर भी असीं अपने फेसबुक पेज ते भी दिता होया, तुसीं उत्थे जाके भी नंबर लै सकते हो। इस तों अलावा तुसीं डायरैक्ट उन्हां दे नाल जिहड़ी है गल भी कर सकते हो। सुभाष जी बहुत बहुत स्वागत, एक बारी अपना नंबर दस दिओ जी। अपनी रसोई दी सही ढंग दी वरतों करन दा आपा कुछ ना कुछ कर सकदे आ। ता मेरा नंबर 9915092595 इस नंबर ते तुसी व्हाट्सएप कर सकते हो, कॉल करोगे बहुत घट उठाई जाती है क्योंकि कॉल बहुत आउंदियां ने, पर इन्ना क जरूर मैं पहले ही कह दूंगा कि मेरे नंबर ते व्हाट्सएप जिहड़ा आउंदा उहदा रिप्लाई असी जरूर करदे आ, पर उहदे च भी 5-6 दिन लगदे आ। कई लोकी तुरंत मैसेज करके उदो 50 मिनट बाद पाउंदे, रिप्लाई तां करदे नहीं, भाई इन्ने वेले नहीं होंदे। रिप्लाई जरूर आउंदा, पर रिप्लाई जो आउंदा फिर थैंक यू जरूर आउंदा लोकां दा, क्योंकि असी रिप्लाई सुलझा होया रिप्लाई करदे आ, क्योंकि उह रिप्लाई हुंदा ਤੁਹਾਡੀ ਸਿਹਤ ਵਾਸਤੇ। ਜੀ ਬਿਲਕੁਲ ਮੈਡਮ, ਕਿਹੜੀ ਵੀ ਗੱਲਬਾਤ ਕਰਨੀ ਆ ਅੱਜ, ਅੱਜ ਆਪਾਂ ਗੱਲ ਕਰਾਂਗੇ ਲੋਕਾਂ ਦੀ ਸਿਹਤ, ਹੈਲਥ ਐਂਡ ਬਿਊਟੀ ਦੇ ਉੱਤੇ, ਕਿਉਂਕਿ ਮੌਸਮ ਜਿਹੜਾ ਕਰਵਟ ਲੈ ਰਿਹਾ ਇਹਨਾਂ ਦਿਨਾਂ ਦੇ ਵਿੱਚ, ਜਿਹੜੇ ਨੇ ਸਕਿਨ ਦੀਆਂ ਪ੍ਰੋਬਲਮ ਸਟਾਰਟ ਹੋ ਜਾਂਦੀਆਂ ਨੇ, ਹੇਅਰ ਫਾਲ ਸਟਾਰਟ ਹੋ ਜਾਂਦੇ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਕਰਾਂਗੇ। ਜੀ ਬਿਲਕੁਲ ਜੀ, ਗੱਲ ਤੁਸੀਂ ਛੇੜ ਹੀ ਲਈ ਹੈ ਸੁਭਾਸ਼ ਜੀ। ਤਾਂ ਦੇਖੋ ਕਿ ਆਮ ਤੌਰ 'ਤੇ ਮੈਂ ਵੀ ਇਹਨਾਂ ਦਿਨਾਂ ਦੇ ਵਿੱਚ ਨੋਟ ਕੀਤਾ ਕਿ ਵਾਲਾਂ ਦੇ ਵਿੱਚ ਨਾ ਇੱਕ ਤਾਂ ਸਿੱਕਰੀ ਆਉਣੀ ਸ਼ੁਰੂ ਹੋ ਜਾਂਦੀ, ਇੱਕ ਵਾਲ ਇੱਦਾਂ ਜਿੱਦਾਂ ਪੂੰਛ ਜੀ ਬਣ ਜਾਂਦੀ ਹੈ ਨਾ। ਸੋ ਇਹ ਪ੍ਰੋਬਲਮ ਬਹੁਤ ਆਉਂਦੀ ਹੈ ਇਸ ਮੌਸਮ ਦੇ ਵਿੱਚ, ਕਿਵੇਂ ਨਜਿੱਠਿਆ ਜਾਵੇ, ਡਰਾਈਨੈਸ ਵੀ ਆ ਜਾਂਦੀ ਹੈ। ਬਿਲਕੁਲ ਬਿਲਕੁਲ, ਇਹ ਜਿਹੜੀ ਪ੍ਰੋਬਲਮ ਆ ਇਹ ਕੱਲੀ ਤੁਹਾਡੀ ਸਾਡੀ ਨਹੀਂ, ਸਾਰੇ ਲੋਕਾਂ ਦੀ ਪ੍ਰੋਬਲਮ ਹੈਗੀ ਆ ਜੀ। ਬਸ ਇਹ ਹੁੰਦਾ ਕਿ ਕਈ ਲੋਕ ਇਹਨੂੰ ਕੇਅਰ ਕਰਦੇ ਆ ਔਰ ਕਈ ਲੋਕ ਇਹਨੂੰ ਜਿਹੜੇ ਹੈਗੇ ਆ ਇਗਨੋਰ ਕਰੀ ਜਾਂਦੇ ਆ, ਔਰ ਜਿਹੜੇ ਇਗਨੋਰ ਕਰਦੇ ਆ ਉਹਨਾਂ ਨੂੰ ਫਿਰ ਲੋਕ ਗੰਜਾ ਕਹਿਣ ਲੱਗ ਜਾਂਦੇ ਆ, ਜਿਹੜੇ ਧਿਆਨ ਰੱਖਦੇ ਆ ਉਹਨਾਂ ਨੂੰ ਲੋਕ ਸਿਕੰਦਰ ਕਹਿਣ ਲੱਗ ਜਾਂਦੇ ਆ, ਵੀ ਬਈ ਬੜੀ ਕਮਾਲ ਹੈ ਵੀ ਬੰਦੇ ਨੇ ਹੁਣ ਤੱਕ ਸਾਂਭ ਕੇ ਰੱਖੇ ਹੋਏ ਆ, ਹੈਨਾ। ਤਾਂ ਇਹ ਚੀਜ਼ ਤੋਂ ਜੇ ਆਪਾਂ ਬਚਣਾ, ਬਚਣ ਵਾਸਤੇ ਆਪਾਂ ਨੂੰ ਬਹੁਤ ਧਿਆਨ ਰੱਖਣਾ ਪਊਗਾ, ਔਰ ਖਾਣ ਪੀਣ ਦੇ ਵਿੱਚ ਸਭ ਤੋਂ ਬੜੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਤੁਹਾਡੇ ਚਾਹੇ ਗੋਡੇ ਮੋਢਿਆਂ 'ਚ ਦਰਦ ਹੁੰਦਾ, ਚਾਹੇ ਤੁਹਾਡੀ ਸ਼ੂਗਰ ਦੀ ਪ੍ਰੋਬਲਮ ਹੋ ਗਈ ਆ, ਚਾਹੇ ਵਾਲ ਝੜਦੇ ਨੇ, ਚਾਹੇ ਅੱਖਾਂ ਕਮਜ਼ੋਰ ਹੋ ਰਹੀਆਂ ਨੇ, ਚਾਹੇ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ, ਚਾਹੇ ਤੁਹਾਡੇ ਸਰੀਰ ਦੇ ਵਿੱਚ ਵੀਰਜ ਦੀ ਕਮਜ਼ੋਰੀ ਆ ਰਹੀ ਹੈ, ਚਾਹੇ ਬਲੱਡ ਦੀ ਕਮਜ਼ੋਰੀ ਆ ਰਹੀ ਆ, ਉਹਦੇ ਉੱਤੇ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਹੋਈ ਹੈ। ਉਹਦਾ ਸ਼ਬਦ ਮੈਂ ਰੱਖਿਆ ਹੋਇਆ ਕਿ 100 ਗਜ਼ ਰੱਸਾ ਸਿਰੇ ਤੇ ਗੰਢ, ਨਾ ਰਹੂ ਖੁਸ਼ਕੀ ਨਾ ਲੱਗੂ ਠੰਡ। ਉਹਦਾ ਮਤਲਬ ਹੈ ਕਿ ਉਹ ਹੈਗੀ ਆ ਮੇਥੀ ਦਾ ਦਾਣਾ, ਜਿਹੜਾ ਮੇਥੀ ਦਾਣਾ ਉਹ ਤੁਸੀਂ ਜ਼ਰੂਰ ਖਾਣਾ, ਉਹਦਾ ਇੱਕ ਚਮਚ ਜਿਹੜਾ ਛੋਟੇ ਵਾਲਾ ਹੁੰਦਾ ਜਾਂ ਵੱਡਾ ਚਮਚ ਵੀ ਹੈ ਤਾਂ ਉਹਨੂੰ ਅੱਧਾ ਕਰ ਲਓ, ਤੇ ਉਹ ਜਿਹੜਾ ਚਮਚ ਹੈ ਉਹਨੂੰ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ, ਔਰ ਰਾਤੀ ਪਾਣੀ 'ਚ ਭਿਓ ਕੇ ਰੱਖ ਦਿਓ, ਸਵੇਰੇ ਉਹ ਸੌਫਟ ਹੋ ਜਾਂਦਾ। ਔਰ ਇਹਨੂੰ ਕੱਚਾ ਨਹੀਂ ਖਾਣਾ, ਇਹਦਾ ਪਾਊਡਰ ਬਣਾ ਕੇ ਨਹੀਂ ਖਾਣਾ, ਕਿਉਂਕਿ ਉਹ ਫਿਰ ਗਰਮ ਤਸੀਰ ਹੋ ਜਾਂਦੀ ਹੈ। ਜਦੋਂ ਰਾਤ ਨੂੰ ਪਾਣੀ 'ਚ ਭਿਓ ਕੇ ਰੱਖ ਲਿਆ ਤਾਂ ਸਵੇਰ ਤੱਕ ਇਹ ਬਹੁਤ ਮਸਤ ਹੋ ਜਾਂਦਾ ਔਰ ਬਹੁਤ ਸੌਫਟ ਹੋ ਜਾਂਦਾ। ਇਹਨੂੰ ਤੁਸੀਂ ਚਬਾ ਚਬਾ ਕੇ ਖਾਓ ਅਤੇ ਪਾਣੀ ਨੂੰ ਪੀ ਲਓ ਹੌਲੀ ਹੌਲੀ ਸਿਪ ਕਰਕੇ, ਕਦੀ ਵੀ ਗਟਕ ਕੇ ਪਾਣੀ ਨਹੀਂ ਪੀਣਾ, ਵੀ ਗਟ ਗਟ ਕਰਕੇ ਨਹੀਂ ਪੀਣਾ, ਹੌਲੀ ਹੌਲੀ ਪਾਣੀ ਪੀਓ, ਤਾਂ ਕਿ ਤੁਹਾਡੇ ਮੂੰਹ ਦਾ ਜਿਹੜਾ ਸਲਾਈਵਾ, ਤੁਹਾਡੇ ਮੂੰਹ ਦੀ ਜਿਹੜੀ ਲਾਰ ਹੈ ਉਹ ਤੁਹਾਡੇ ਪੇਟ ਵਿੱਚ ਪਾਣੀ ਦੇ ਰਸਤੇ ਜਾਊਗੀ। ਔਰ ਹਮੇਸ਼ਾ ਪਾਣੀ ਕੁਰਲਾ ਜਿਹਾ ਕਰਕੇ ਮੂੰਹ 'ਚ ਉਦੋਂ ਹੀ ਲੰਘਾ ਲਿਆ ਕਰੋ ਹੌਲੀ ਹੌਲੀ ਅੰਦਰ,
ਤਾਂ ਮੂੰਹ ਦਾ ਜਿਹੜਾ ਲਾਰ ਹੈ ਉਹ ਤੁਹਾਡੇ ਜਦੋਂ ਆਂਤੜੀਆਂ 'ਚ ਜਾਂਦਾ ਤਾਂ ਤੁਹਾਡੀ ਹਰ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ ਮੇਥੀ ਦਾਣਾ ਤੇ ਤੁਹਾਡੇ ਮੂੰਹ ਦੀ ਲਾਰ ਕੰਮ ਕਰਦੀ ਆ। ਤਾਂ ਉਹਦੇ 'ਚ ਕਈ ਲੋਕੀ ਦੇਖਦੇ ਆ ਮੈਡਮ ਕਿ ਬਾਲ ਝੜਦੇ ਸੀ, ਗੋਇਲ ਸਾਹਿਬ ਮੇਥੀ ਦਾਣਾ ਖਾਣ ਤੋਂ ਬਾਅਦ ਸਾਡੇ ਬਾਲਾਂ ਦੀ ਜਿਹੜੀ ਗਰੋਥ ਵੀ ਠੀਕ ਹੋ ਰਹੀ ਹੈ, ਝੜਨੋਂ ਵੀ ਹਟ ਗਏ। ਮੈਂ ਕਹਿੰਦਾ ਹੁੰਦਾ ਫਿਰ ਇੱਕ ਕੰਮ ਹੋਰ ਕਰ ਲਓ, ਮੇਥੀ ਦਾਣਾ ਲੈ ਲਓ ਤੇ ਉਹਦੇ ਵਿੱਚ ਕਲੌਂਜੀ ਪਾ ਲਓ ਅੱਧਾ ਚਮਚਾ, ਹੈ ਨਾ, ਦੋਨਾਂ ਨੂੰ ਚੰਗੀ ਤਰ੍ਹਾਂ ਰਾਤ ਨੂੰ ਭਿਉਂ ਦਿਓ ਪਾਣੀ ਦੇ ਵਿੱਚ, ਸਵੇਰੇ ਉਹਨਾਂ ਨੂੰ ਮਸਲ ਕੇ ਪਾਣੀ ਦੇ ਵਿੱਚ ਹੀ ਮਸਲੋ ਤੇ ਉਹਨਾਂ ਨੂੰ ਚਬਾ ਚਬਾ ਕੇ ਖਾ ਜਾਓ। ਜਿਹੜਾ ਪਾਣੀ ਆ ਉਹਦੇ ਨਾਲ ਬਾਲ ਧੋ ਲਓ, ਜੜ੍ਹਾਂ ਦੇ ਵਿੱਚ ਲਾ ਲਓ ਪਾਣੀ ਨੂੰ ਤੇ ਤੁਸੀਂ ਮੈਨੂੰ ਦੱਸ ਦਿਓ ਥੋੜੇ ਦਿਨਾਂ ਬਾਅਦ ਜੇ ਬਾਲ ਕੰਘੀ ਜਾ ਗਿਆ ਤਾਂ ਕਹਿ ਦਿਓ। ਇਹ ਮਤਲਬ ਛੋਟੀਆਂ ਛੋਟੀਆਂ ਗੱਲਾਂ ਨੇ, ਇਹਨਾਂ ਨੂੰ ਕਰਦੇ ਰਹਿਣਾ ਚਾਹੀਦਾ। ਜੀ ਬਿਲਕੁਲ ਗੋਇਲ ਸਾਹਿਬ, ਅਸੀਂ ਨਾ ਅਕਸਰ ਇੱਕ ਚੀਜ਼ ਦੇਖਦੇ ਹਾਂ ਕਿ ਬਹੁਤ ਵਾਰੀ ਆਪਾਂ ਅੱਜ ਕੱਲ੍ਹ ਇੱਕ ਟਰਮ ਸੁਣੀਏ ਹਾਈਡਰਾ ਫੇਸ਼ੀਅਲ, ਹੈ ਨਾ, ਔਰ ਬਹੁਤ ਸਾਰੇ ਫੇਸ਼ੀਅਲਸ ਕਰਵਾਉਂਦੀਆਂ ਆਪਾਂ, ਕਿਉਂ ਕਰਵਾਉਂਦੀਆਂ ਆ, ਕਿਉਂਕਿ ਸਾਨੂੰ ਮੇਰੀ ਕੱਲ੍ਹ ਪਰਸੋਂ ਵੀ ਮੇਰੀ ਇੱਕ ਫਰੈਂਡ ਕਹਿ ਰਹੀ ਸੀ ਕਿ ਯਾਰ ਮੇਰੇ ਨਾ ਬਹੁਤ ਨਾਮ ਸੁਣਿਆ ਇਸ ਚੀਜ਼ ਦਾ, ਮੇਰੇ ਚਿਹਰੇ 'ਤੇ ਗਲੋ ਹੀ ਮਰ ਗਿਆ ਆ। ਇਹ ਜਿਹੜਾ ਚਿਹਰਾ ਆ, ਅਸੀਂ ਸਾਰੇ ਚਾਹੁੰਦੇ ਹਾਂ ਕਿ ਇਹਦੇ 'ਤੇ ਇੱਕ ਗਲੋ ਆਉਣਾ ਚਾਹੀਦਾ। ਨੋਰਮਲੀ ਆਪਾਂ ਨਾ ਉਹ ਚੀਜ਼ ਮਿਸ ਕਰਦੇ ਹਾਂ, ਜਿੱਦਾਂ ਜਿੱਦਾਂ ਏਜ ਵੱਧਦੀ ਜਾਂਦੀ ਆ, ਸਪੈਸ਼ਲੀ ਇਸ ਮੌਸਮ ਦੀ ਗੱਲ ਕਰੀਏ, ਗਲੋ ਕਿਤੇ ਖਤਮ ਹੀ ਹੋ ਜਾਂਦਾ। ਉਹ ਕਿੱਦਾਂ ਲੈ ਕੇ ਆਈ ਆਪਣੇ ਚਿਹਰੇ 'ਤੇ? ਚਿਹਰੇ ਦਾ ਗਲੋ ਜਿਹੜਾ ਹੈਗਾ ਉਹ ਖਤਮ ਪਤਾ ਕਿਉਂ ਹੁੰਦਾ? ਇਹ ਮੇਰੀ ਗੱਲ ਚਾਹੇ ਕਿਸੇ ਨੂੰ ਬੁਰੀ ਲੱਗ ਜੇ, ਚਾਹੇ ਲੱਗ ਜੇ ਚੰਗੀ, ਜਿਹਨਾਂ ਨੂੰ ਲੱਗ ਗਈ ਚੰਗੀ ਉਹ ਤਾਂ ਬਚ ਲੈਣਗੇ, ਜਿਹਨਾਂ ਨੂੰ ਲੱਗ ਗਈ ਬੁਰੀ ਉਹ ਫਿਰ ਲਟਕੀ ਜਾਣਗੇ, ਉਹਨਾਂ ਨੇ ਲਟਕਦੇ ਰਹਿਣਾ। ਗੱਲ ਇਹ ਹੈ ਕਿ ਜਦ ਤੱਕ ਤੁਸੀਂ ਅੰਦਰੋਂ ਪੋਜ਼ਿਟਿਵ ਨਹੀਂ ਹੁੰਦੇ, ਜਦ ਤੱਕ ਤੁਸੀਂ ਬਾਬੇ ਨਾਨਕ ਦਾ ਕਿਹਾ ਹੋਇਆ ਸ਼ਬਦ ਉਚਾਰਨ ਨਹੀਂ ਕਰਦੇ, ਵੀ ਸਰਬੱਤ ਦਾ ਭਲਾ ਨਹੀਂ ਮੰਗਦੇ ਜਦੋਂ ਤੱਕ ਤੁਸੀਂ, ਉਦੋਂ ਤੱਕ ਤੁਹਾਡੇ ਚਿਹਰੇ ਤੇ ਗਲੋ ਆ ਹੀ ਨਹੀਂ ਸਕਦਾ। ਜਦ ਤੱਕ ਤੁਸੀਂ ਗੁਆਂਢੀ ਦੀ ਕਾਰ ਦੇਖ ਦੇਖ ਸੜੀ ਜਾਓਗੇ, ਗੁਆਂਢੀਆਂ ਦੇ ਨਿਆਣੇ ਪੜ੍ਹਦੇ ਦੇਖ ਦੇਖ ਸੜੀ ਜਾਓਗੇ, ਜਾਂ ਦੂਜੇ ਨੂੰ ਕਹੋਗੇ ਵੀ ਮੇਰੇ ਤੋਂ ਜ਼ਿਆਦਾ ਸੋਹਣਾ ਲੱਗਦਾ, ਪਤਾ ਨਹੀਂ ਮੈਨੂੰ ਕੀ ਹੋਇਆ, ਆਪ ਪਤਾ ਨਹੀਂ ਰੱਬ ਨੇ ਤੁਹਾਨੂੰ ਉਦੋਂ ਵਧੀਆ ਸੋਹਣੇ ਬਣਾਇਆ ਹੋਇਆ, ਪਰ ਤੁਹਾਨੂੰ ਆਦਤ ਪੈ ਗਈ, ਉਹ ਚੀਜ਼ਾਂ ਖਰਾਬ ਕਰਦੀਆਂ ਨੇ। ਪਰ ਇਹ ਗੱਲ ਨੂੰ ਗੰਢ ਮਾਰ ਲਿਓ ਮੇਰੀ ਨੂੰ, ਔਰ ਇਕੱਲੇ ਬਹਿ ਕੇ ਸੋਚੋ ਵੀ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਉਹ ਕਿੱਥੇ ਤੱਕ ਸਹੀ ਨੇ, ਜੇ ਨਹੀਂ ਸਹੀ ਤਾਂ ਕਮੈਂਟ ਪਾ ਕੇ ਦੱਸ ਵੀ ਦਿਓ ਵੀ ਗੋਇਲ ਸਾਹਿਬ ਇਹ ਨਾ ਕਿਹਾ ਕਰੋ, ਮੈਂ ਨਹੀਂ ਕਹਿੰਦਾ, ਪਰ ਗੱਲ ਮੈਂ ਉਹੀ ਕਹਿੰਦਾ ਜਿਹੜੀ ਗੱਲ ਦਾ ਮੈਨੂੰ ਪਤਾ ਵੀ ਇਹ ਗੱਲਾਂ ਹੈਗੀਆਂ ਨੇ, ਔਰ ਜਿਹੜੀ ਗੱਲ ਰਹਿ ਗਈ ਹੁਣ ਚਿਹਰੇ ਨੂੰ ਚਮਕਾਉਣ ਦੀ, ਘਰੇ ਹੀ ਚਮਕਾ ਲਓ, ਕਿਤੇ ਨੀ ਜਾਣਾ, ਕੱਚਾ ਦੁੱਧ ਲੈ ਕੇ ਮੂੰਹ ਉੱਤੇ ਲਗਾਓ, ਉਹਨੂੰ ਜਿਵੇਂ ਰੂਈ ਲੈ ਲਓ ਕਾਟਨ, ਉਹਨੂੰ ਤੁਸੀਂ ਗਿੱਲਾ ਕਰਕੇ ਦੁੱਧ ਦੇ ਨਾਲ ਡਿਪ ਕਰਕੇ ਚਿਹਰੇ ਤੇ ਲਗਾਓ, ਉਹ ਜਦੋਂ ਦੁੱਧ ਚਿਹਰੇ ਤੇ ਸੁੱਕ ਜੇ ਫਿਰ ਉਹਨੂੰ ਪਾਣੀ ਲੈ ਕੇ ਧੋ ਦਿਓ, ਤੁਸੀਂ 5 ਮਿੰਟ ਬਾਅਦ ਆਪਦੇ ਚਿਹਰੇ ਨੂੰ ਦੇਖਿਓ ਕਿ ਤੁਹਾਨੂੰ ਐਂ ਲੱਗੂ ਵੀ ਮੇਰਾ ਚਿਹਰਾ ਤਾਂ ਅੱਜ ਹੀ ਰੱਬ ਨੇ ਲਾਇਆ ਪਤਾ ਨੀ ਨਵਾਂ। ਤੇ ਦੂਜੀ ਗੱਲ ਹੋਰ ਜਿਹੜੀ ਮੈਂ ਕਰਦਾ ਉਹ ਕਰਦਾ ਗਲੈਸਰੀਨ, ਗੁਲਾਬ ਜਲ ਤੇ ਨਿੰਬੂ ਦਾ ਰਸ, 3 ਰਸ ਨੇ, ਗੁਲਾਬ ਜਲ, ਨਿੰਬੂ ਤੇ ਗਲੈਸਰੀਨ, ਤਿੰਨਾਂ ਨੂੰ ਬਰਾਬਰ ਮਾਤਰਾ ਚ ਲੈ ਕੇ ਦੁੱਧ ਨਾਲ ਚਿਹਰਾ ਧੋ ਲਓ ਪਹਿਲਾਂ, ਫਸਟ ਸਟੈਪ ਹੁੰਦਾ, ਦੂਜਾ ਸਟੈਪ ਹੈਗਾ ਨਿੰਬੂ ਗੁਲਾਬ ਜਲ ਤੇ ਆਪਣਾ ਗਲੈਸਰੀਨ, ਤਿੰਨ ਚੀਜ਼ਾਂ ਦਾ, ਫਿਰ ਉਹ ਫੇਸ, ਉਹ ਤਿੰਨਾਂ ਨੂੰ ਮਿਕਸ ਕਰਕੇ ਫੇਸ ਤੇ ਲਗਾ ਲਓ, ਜਿੰਨੇ ਕਾਲੇ ਦਾਗ ਧੱਬੇ ਆ ਉਹ ਖਤਮ ਹੋ ਜਾਂਦੇ ਆ। ਔਰ ਉਸ ਤੋਂ ਬਾਅਦ ਵੱਡੀ ਗੱਲ ਮੈਂ ਹੋਰ ਦੱਸਣ ਜਾ ਰਿਹਾ, ਇਹਦੇ ਲਈ ਤੁਹਾਨੂੰ ਗੂਗਲ ਗੁਰੂ ਦਾ ਸਹਾਰਾ ਲੈਣਾ ਪਊਗਾ, ਉਹ ਹੈਗਾ ਰੁਪਾਂਜਲੀ ਕਰੀਮ ਤੇ ਰੁਪਾਂਜਲੀ ਓਇਲ, ਔਰ ਇੱਕ ਰੁਪਾਂਜਲੀ ਲੇਪ ਆ, ਇਹ 3 ਚੀਜ਼ਾਂ, ਔਰ ਇਹ ਕੁਛ ਨਹੀਂ ਹੈਗੀਆਂ, ਬਸ ਉਹ ਤੁਰੇ ਜਾਂਦੇ ਬੰਦਾ ਲਾ ਲੈਂਦਾ, ਇਹ ਉਹ ਜਾਦੂ ਹੈ ਜਿਹੜਾ ਮਤਲਬ ਚਿਹਰੇ ਦੇ ਉੱਤੇ ਕਾਲੇ ਕਾਲੇ ਸਪੋਟ ਹੁੰਦੇ ਆ ਉਹ ਵੀ ਖਤਮ ਹੋ ਜਾਂਦੇ ਆ, ਅੱਖਾਂ ਦੇ ਨੇੜੇ ਤੇੜੇ ਜਿਹੜੇ ਕਾਲੇ ਡਾਰਕ ਸਰਕਲ ਕਹਿ ਦਿੰਦੇ ਆ ਉਹ ਤੇ ਤੁਰੰਤ ਖਤਮ ਹੋ ਜਾਂਦੇ ਆ। ਤੇ ਇਹ ਸਾਡਾ ਜਿਹੜਾ ਸੈਕਿੰਡ ਸਟੈਪ ਆ, ਉਹ ਰੁਪਾਂਜਲੀ ਪੈਕ ਹੈਗਾ ਜਿਹੜਾ ਇੱਥੋਂ ਚੰਡੀਗੜ੍ਹ ਤੋਂ ਅਸੀਂ ਪ੍ਰੋਵਾਈਡ ਕਰਦੇ ਹਾਂ, ਜਾਂ ਫਿਰ ਤੁਹਾਨੂੰ ਗੂਗਲ ਗੁਰੂ ਉੱਥੋਂ ਦੇ ਦੇਗਾ। ਤਾਂ ਗੂਗਲ 'ਤੇ ਜਾ ਕੇ ਤੁਸੀਂ ਕੀ ਕਰਨਾ, www.vaidwan.com ਇਹ ਤੁਸੀਂ ਜਦੋਂ ਗੂਗਲ 'ਤੇ ਲਿਖੋਗੇ ਤਾਂ ਤੁਹਾਡੇ ਸਾਹਮਣੇ ਖੁੱਲ੍ਹ ਕੇ ਆਊਗਾ ਆਪਣਾ ਸਾਰਾ ਸਟੋਰ, ਜਿਹੜਾ ਸਾਡਾ ਸਟੋਰ ਹੈ ਪੂਰਾ ਆਲ ਵਰਲਡ ਸਟੋਰ ਹੈ, ਇਹ ਜਦੋਂ ਖੁੱਲ੍ਹ ਕੇ ਆਊਗਾ ਤਾਂ ਉਹਦੇ ਵਿੱਚ ਤੁਸੀਂ ਫੇਸ ਐਂਡ ਬਿਊਟੀ 'ਤੇ ਜਾਓਗੇ, ਉਹਦੇ ਚ ਰੁਪਾਂਜਲੀ ਕਰੀਮ ਤੇਲ ਔਰ ਲੇਪ ਬਾਰੇ ਪਤਾ ਲੱਗੂਗਾ ਕਿ ਇਹ ਕੀ ਚੀਜ਼ ਆ। ਔਰ ਫਿਰ ਉਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ, ਜਿਵੇਂ ਅਸੀਂ ਕਹਿੰਦੇ ਹਾਂ ਤੁਹਾਨੂੰ ਚਿਹਰੇ ਦੇ ਗਲੋ ਚਾਹੀਦੀ ਆ, ਤਾਂ ਸਾਲ 'ਚ ਘੱਟੋ ਘੱਟ ਇੱਕ ਡੱਬਾ, ਜੇ ਬਹੁਤੀ ਗੱਲ ਨਹੀਂ ਕਰਦੇ ਤਾਂ ਇੱਕ ਡੱਬਾ ਸਾਲ ਦੇ ਵਿੱਚ ਚਵਨਪ੍ਰਾਸ਼ ਜ਼ਰੂਰ ਖਾਇਆ ਕਰੋ, ਔਰ ਚਵਨਪ੍ਰਾਸ਼ ਜਿਹੜਾ ਹੈਗਾ ਉਹ ਅਸਲੀ ਹੋਣਾ ਚਾਹੀਦਾ, ਔਰ ਜਿਹੜੇ ਚਵਨਪ੍ਰਾਸ਼ ਦੇ ਉੱਤੇ ਵੈਦਵਾਨ ਲਿਖਿਆ ਉਹਦੀ ਅਸਲੀ ਹੋਣ ਦੀ ਗਰੰਟੀ ਪੁੱਛਣ ਦੀ ਵੀ ਲੋੜ ਨਹੀਂ, ਤਾਂ ਕਿ ਉਹ ਤੁਹਾਨੂੰ ਇੱਕ ਤਾਂ ਨੰਬਰ 2 ਗੂਗਲ 'ਤੇ ਮਿਲੂਗਾ, ਤੁਹਾਨੂੰ ਔਨਲਾਈਨ ਮਿਲੂਗਾ, ਔਨਲਾਈਨ ਜਿਹੜੇ ਪ੍ਰੋਡਕਟ ਹੁੰਦੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪਿਓਰਿਟੀ ਦੀ ਗੁੰਜਾਇਸ਼ ਹੁੰਦੀ ਆ, ਖਾਸ ਕਰ ਜਿਹੜੇ ਖਾਣ ਵਾਲੇ ਪ੍ਰੋਡਕਟ।
ਠੀਕ ਹੈ ਨਾ ਜੀ। ਪਰ ਬਾਕੀ ਰਹੀ ਗੱਲ ਸਵੇਰੇ ਸਵੇਰੇ ਜੇ ਤੁਸੀਂ ਕਿਤੇ ਸਵੇਰੇ ਖਾਲੀ ਪੇਟ ਖੀਰਾ ਖਾਣਾ ਸ਼ੁਰੂ ਕਰ ਦੋ, ਹੁਣ ਦੇਖੋ ਬਿਊਟੀ ਵਾਸਤੇ ਲੋਕੀ ਖੀਰਾ ਮੂੰਹ ਤੇ ਮਲੀ ਜਾਂਦੇ ਨੇ, ਉਹ ਜੇ ਖਾਈ ਲਓਗੇ ਗਾਜਰ ਮੂੰਹ ਤੇ ਮਲੀ ਜਾਂਦੀ, ਖੀਰਾ ਖਾ ਲਓ। ਹਾਂ ਫਿਰ ਚਾਹ ਕਕੁੰਬਰ ਤੋਂ ਬਣਿਆ ਜੈਲ ਹੋ ਗਿਆ ਜੀ, ਕਕੁੰਬਰ ਜੈਲ ਹੋ ਗਿਆ ਜੀ, ਕੈਰਟ ਜੈਲ ਹੋ ਗਿਆ। ਉਹ ਬਈ ਉਹ ਕੈਰਟ ਜੈਲ ਕਕੁੰਬਰ ਜੈਲ ਲਾਉਣ ਨਾਲ ਕੁਛ ਨੀ ਬਣਨਾ, ਉਹਨੂੰ ਖਾ ਲਿਆ ਕਰੋ, ਗਾਜਰ ਖਾ ਲਿਆ ਕਰੋ, ਖੀਰਾ ਖਾ ਲਿਆ ਕਰੋ। ਸਵੇਰੇ ਖਾਣ ਦਾ ਹੈਗਾ ਵੀ ਖਾਲੀ ਪੇਟ ਖਾਣਾ, ਲੋ ਕਮਾਲ ਦਾ ਰਿਜ਼ਲਟ ਹੈ। ਅੱਛਾ ਮੂੰਹ ਦੀ ਸਕਿਨ ਜਿਹੜੀ ਹੈ ਨਾ ਜੀ, ਮੈਂ ਤੁਹਾਨੂੰ ਦੱਸਾਂ ਮੈਡਮ, ਡੱਲ ਉਹਨਾਂ ਲੋਕਾਂ ਦੀ ਹੁੰਦੀ ਆ ਜਿਹਨਾਂ ਲੋਕਾਂ ਨੂੰ ਪੇਟ 'ਚ ਗੈਸ ਰਹਿੰਦੀ ਆ, ਬਲੋਟਿੰਗ ਰਹਿੰਦੀ ਆ, ਕਬਜ਼ ਰਹਿੰਦੀ ਆ, ਪੇਟ ਖਰਾਬ ਰਹਿੰਦਾ, ਉਹਨਾਂ ਲੋਕਾਂ ਦੇ ਪਿੰਪਲ ਨਿਕਲਦੇ ਆ, ਜਿਗਰ ਦੀ ਗਰਮੀ ਆ, ਲੀਵਰ ਦੀ ਗਰਮੀ ਆ, ਉਹਨਾਂ ਦੇ ਚਿਹਰੇ ਦੇ ਪਿੰਪਲ ਨਿਕਲਦੇ ਆ, ਐਕਨੇ ਦਾਗ ਧੱਬੇ ਹੋ ਜਾਂਦੇ ਆ, ਕਈਆਂ ਦੇ ਛੋਟੇ ਛੋਟੇ ਮੌਕੇ ਨਿਕਲੇ ਹੁੰਦੇ ਗਰਦਨ ਦੇ ਆਲੇ ਦੁਆਲੇ, ਉਹ ਭਰ ਜਾਂਦਾ ਹੋਏ, ਹੈ ਨਾ। ਇਹ ਸਾਰਾ ਬਾਏਬਾਦੀ ਦਾ ਪ੍ਰੋਬਲਮ ਆ। ਇਹਦੇ ਵਾਸਤੇ ਤ੍ਰਿਫਲਾ ਪਾਊਡਰ ਆਉਂਦਾ ਬਹੁਤ ਵਧੀਆ ਮਾਰਕੀਟ 'ਚ, 1, 2, and 4 ਤ੍ਰਿਫਲਾ ਪਾਊਡਰ ਜਿਹੜਾ ਹੈਗਾ, ਇਹ ਹਰੜ, ਬਿਹੜਾ ਤੇ ਆਮਲਾ, ਤਿੰਨ ਫਲਾਂ ਦਾ ਹੁੰਦਾ ਤ੍ਰਿਫਲਾ। ਔਰ ਸਾਡੇ ਜਿਹੜੇ ਜਿਹੜੇ ਮੇਰੇ ਹਮ ਉਮਰ ਲੋਕ ਨੇ ਉਹ ਤਾਂ ਚੰਗੀ ਤਰ੍ਹਾਂ ਜਾਣਦੇ ਨੇ, ਪਰ ਹੁਣ ਤਾਂ ਕਮਾਲ ਹੋ ਗਿਆ, ਸਾਡੇ ਯੰਗ ਬਲੱਡ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਵੀ ਹਰੜ, ਬਿਹੜੇ, ਆਮਲੇ ਦੇ ਕਿੰਨੇ ਫਾਇਦੇ ਆ, ਤਾਂ ਉਹ ਵੀ ਕਹਿਣ ਲੱਗ ਗਏ ਵੀ ਹਾਂ। ਬੱਚੇ ਬੱਚਿਆਂ ਤੋਂ ਮੈਂ ਸੁਣਦਾ ਵੀ ਔਲੇ ਦਾ ਖਾਧਾ ਤੇ ਸੁਭਾਸ਼ ਗੋਇਲ ਦਾ ਕਿਹਾ, ਬਾਅਦ ਚ ਪਤਾ ਲੱਗਦਾ। ਮੈਂ ਸੁਭਾਸ਼ ਜੀ ਥੋੜਾ ਮਾਫੀ ਚਾਹੁੰਦੀ, ਤੁਹਾਨੂੰ ਟੋਕ ਰਹੀ ਹਾਂ, ਮੈਂ ਕਈ ਵਾਰੀ ਦੇਖਿਆ ਤੁਹਾਡੀਆਂ ਵੀਡੀਓਜ਼ ਵੀ, ਆਪਾਂ ਦੇਖਦੇ ਹਾਂ, ਇੱਦਾਂ ਲੱਗਦਾ ਹੀ ਨਹੀਂ ਤੁਸੀਂ ਆਪਣੀ ਉਮਰ ਤੋਂ ਕਾਫੀ ਛੋਟੇ ਲੱਗਦੇ ਹੋ, ਇਹਦਾ ਕੀ ਰਾਜ਼ ਹੈ? ਇਹੀ ਰਾਜ਼ ਹੈ ਜੋ ਤੁਸੀਂ ਦੱਸ ਰਹੇ ਹੋ? ਨਹੀਂ, ਇਹਦਾ ਰਾਜ਼ ਇਹੀ ਹੈ ਜੀ ਕਿ ਤੁਹਾਡਾ ਸਾਰਿਆਂ ਦਾ ਪਿਆਰ ਹੀ ਬਹੁਤ ਆ। ਮਤਲਬ ਮੈਨੂੰ ਤੁਸੀਂ ਛੋਟੇ ਬੱਚਿਆਂ 'ਚ ਬਿਠਾ ਦਿਓ। ਅੱਛਾ ਮੈਨੂੰ ਐ ਬੜੀ ਖੁਸ਼ੀ ਹੁੰਦੀ ਆ ਕਿ ਛੋਟੇ ਬੱਚੇ ਮੈਨੂੰ ਮਿਲ ਕੇ ਬੜੇ ਖੁਸ਼ ਹੁੰਦੇ ਆ, ਕਿਉਂਕਿ ਮੈਂ ਆਪਣੇ ਕੈਬਨ ਦੇ ਵਿੱਚ ਨਾ ਜੀ ਸਾਰਿਆਂ ਲਈ ਕਿਸੇ ਲਈ ਕੀ ਰਿੰਗ ਰੱਖੇ ਹੋਏ ਆ, ਕਿਸੇ ਲਈ ਕੁਛ। ਜਦੋਂ ਬੱਚਾ ਆਉਂਦਾ ਉਹਦੇ ਮੰਮੀ ਡੈਡੀ ਦੀ ਨਬਜ ਬਾਅਦ ਚ ਦੇਖਦਾ, ਪਹਿਲਾਂ ਤਾਂ ਬੱਚੇ ਨੂੰ ਹੈਪੀ ਕਰਕੇ ਬਹਿ ਲੈ, ਉਹ ਫਿਰ ਅਗਲੀ ਵਾਰ ਕਹਿੰਦਾ ਮੈਂ ਤਾਂ ਅੰਕਲ ਨੂੰ ਮਿਲਣ ਜਾਣਾ। ਤੇ ਮਤਲਬ ਉਹ ਜਿਹੜੀ ਚੀਜ਼ ਹੈ ਨਾ ਜੀ, ਉਹ ਬੱਚਿਆਂ ਦੇ ਵਿੱਚ ਜਦੋਂ ਤੁਸੀਂ ਬੱਚਿਆਂ ਦੇ ਦਿਲ ਚ ਬੈਠ ਗਏ ਨਾ, ਤਾਂ ਸਮਝੋ ਤੁਸੀਂ ਬਾਬੇ ਨਾਨਕ ਦੀ ਗੋਦੀ ਚ ਬੈਠ ਗਏ। ਇਹ ਇੱਕ ਮਤਲਬ ਸਾਡੀ ਸੋਚ ਆ। ਔਰ ਦੂਜੀ ਗੱਲ ਮੈਂ ਜਿਹੜੀ ਦੱਸ ਰਿਹਾ ਸੀਗਾ ਕਿ ਸਿਹਤ ਜਿਹੜੀ ਆ ਇਹਨੂੰ ਸੰਭਾਲ ਕੇ ਰੱਖਣਾ ਇਹ ਆਪਣੇ ਹੱਥ ਆ। ਓਨਾ ਹੀ ਖਾਓ ਜਿੰਨਾ ਸਾਨੂੰ ਲੋੜ ਹੈ। ਜਦੋਂ ਅਸੀਂ ਲੋੜ ਤੋਂ ਵੱਧ ਖਾਂਦੇ ਹਾਂ, ਜਾਂ ਅਸੀਂ ਨਜਾਇਜ਼ ਖਾਂਦੇ ਹਾਂ, ਜਾਂ ਅਸੀਂ ਕਹਿੰਦੇ ਹਾਂ ਵੀ ਦਾਰੂ ਵੀ ਪੀਣੀ ਆ, ਉੱਤੇ ਚਿਕਨ ਵੀ ਖਾਣਾ। ਅੱਛਾ ਦਾਰੂ ਪੀਣੀ ਠੰਡੀ ਬਰਫ਼ ਪਾ ਕੇ, ਚਿੱਲੀ ਚਿਕਨ ਅੱਗ ਵਰਗਾ, ਤੇ ਫਿਰ ਢਿੱਡ 'ਚ ਜਾ ਕੇ ਉਹਨਾਂ ਦੋਨਾਂ ਦਾ ਕੀ ਬਣੂਗਾ, ਇਹ ਦੇਖੋ ਨਾ ਤੁਸੀਂ ਵੀ ਉਹਨੇ ਕੀ ਹੋਣਾ। ਉਹ ਫਿਰ ਧੂੰਆਂ ਹੀ ਨਿਕਲਣਾ ਅੰਦਰ, ਉਹ ਧੂੰਆਂ ਜਿਹੜਾ ਉਹਨੂੰ ਐਸੀਡਿਟੀ ਕਹਿੰਦੇ ਨੇ ਅੱਜ ਕੱਲ੍ਹ, ਉਹਨੂੰ ਗੈਸ ਕਹਿ ਦਿੰਦੇ ਨੇ, ਉਹਨੂੰ ਜਲਨ ਕਹਿ ਦਿੰਦੇ ਨੇ। ਸਾਡੇ ਪਿੰਡਾਂ 'ਚ ਬੁੜੀਆਂ ਆ ਕੇ ਮੈਨੂੰ ਕਹਿੰਦੇ ਪੁੱਤ ਚਿੱਤ ਘਾਊ ਮਾਊ ਜਿਹਾ ਹੋਈ ਜਾਂਦਾ। ਮਤਲਬ ਗੱਲ ਤਾਂ ਉੱਥੇ ਹੀ ਖੜੀ ਹੈ ਸਾਰੀ, ਜਿੱਧਰ ਨੂੰ ਮਰਜ਼ੀ ਭੱਜ ਲਓ, ਇਹਨੂੰ ਅੰਗਰੇਜ਼ੀ 'ਚ ਬੋਲ ਲਓ, ਪੰਜਾਬੀ 'ਚ ਬੋਲ ਲਓ, ਜੱਟ ਬੋਲੀ 'ਚ ਬੋਲ ਲਓ, ਬਾਣੀਆਂ ਬੋਲੀ 'ਚ, ਕਿਸੇ ਬੋਲੀ 'ਚ ਬੋਲ ਲਓ, ਇਹ ਹੈ ਐਸੀਡਿਟੀ, ਜਲਨ ਦੀ ਪ੍ਰੋਬਲਮ ਆ। ਇਹਦੇ ਕਰਕੇ ਸਾਡਾ ਚਿਹਰਾ ਡੱਲ ਹੋ ਜਾਂਦਾ, ਇਹਦੇ ਕਰਕੇ ਸਾਡੇ ਵਾਲ ਡੱਲ ਹੋ ਜਾਂਦੇ ਆ, ਇਹਦੇ ਕਰਕੇ ਸਾਡੀ ਆਲ ਸਕਿਨ ਜਿਹੜੀ ਆ ਉਹ ਡੱਲ ਹੁੰਦੀ ਆ, ਤਾਂ ਅਸੀਂ ਉਮਰ ਤੋਂ ਛੋਟੇ ਲੱਗਣ ਲੱਗ ਜਾਂਦੇ ਆ, ਉਹ ਪਹਿਲਾਂ ਹੀ ਉਮਰ ਤੋਂ ਵੱਡੇ ਲੱਗਣ ਲੱਗ ਜਾਂਦੇ ਆ ਸੋਰੀ। ਤੇ ਜੇ ਅਸੀਂ ਇਹਨੂੰ ਬਚਾ ਕੇ ਰੱਖਾਂਗੇ ਤਾਂ ਤੁਸੀਂ ਦੇਖੋ, ਇੱਕ ਮੈਂ ਤੁਹਾਨੂੰ ਹੋਰ ਦੱਸਦਾ ਗੱਲ, ਵੱਡੀ ਗੱਲ ਹੈ। ਸਾਰੇ ਜਿੰਨੇ ਵੀ ਸਰੋਤਾ ਸਾਡੀ ਗੱਲ ਸੁਣ ਰਹੇ ਨੇ, ਉਹਨਾਂ ਨੂੰ ਮੈਂ ਇਹ ਗੱਲ ਦੱਸਣ ਜਾ ਰਿਹਾ ਕਿ ਜਿਵੇਂ ਮੰਨ ਲਓ ਬੱਚਾ ਛੋਟਾ ਹੁੰਦਾ 1 ਸਾਲ ਦਾ, 2 ਸਾਲ ਬਾਅਦ ਉਹਦੀ ਰੂਪ ਰੇਖਾ ਕੁਛ ਹੋਰ ਹੋ ਜਾਂਦੀ ਹੈ, 5 ਸਾਲ ਬਾਅਦ ਕੁਛ ਹੋਰ ਹੋ ਜਾਂਦਾ, ਜਦੋਂ 10-12 ਸਾਲ ਦਾ ਹੋ ਜਾਂਦਾ ਫਿਰ ਕੁਛ ਹੋਰ ਹੋ ਜਾਂਦਾ, ਜਦੋਂ ਉਹ 16-18 ਸਾਲ ਦਾ ਹੋ ਜਾਂਦਾ ਫਿਰ ਉਹ ਗੱਭਰੂ ਤੇ ਮੁਟਿਆਰ ਦੇ ਵਿੱਚ ਕਨਵਰਟ ਹੋ ਜਾਂਦਾ, ਤੇ ਫਿਰ ਅਸੀਂ ਉਹਨੂੰ ਕਹਿੰਦੇ ਵੀ ਹੁਣ ਤਾਂ ਤੇਰੀ ਸ਼ਕਲ ਹੀ ਨੀ ਪਛਾਣੀ ਜਾਂਦੀ, ਤੇ ਉੱਥੇ ਆ ਕੇ ਫਿਰ ਬਾਬਾ ਜੀ ਉਹਨੂੰ ਰੋਕ ਲੈਂਦੇ ਆ। ਉਦੋਂ ਬਾਅਦ ਫਿਰ ਉਹਦੀ ਉਮਰ ਹੁੰਦੀ ਆ 16 ਤੋਂ ਲੈ ਕੇ 26 ਸਾਲ ਦੀ ਉਮਰ ਜਿਹੜੀ ਹੁੰਦੀ ਆ, ਉਹ ਹੁੰਦੀ ਆ ਉਹਦੀ ਸਿਹਤ ਬਣਾਉਣ ਦੀ, ਖਾਣ ਪੀਣ ਦੀ ਤੇ ਨੱਚਣ ਟੱਪਣ ਦੀ ਉਮਰ ਹੁੰਦੀ ਆ। ਤੇ ਉਹਦੇ ਵਿੱਚ ਵੀ ਸਾਡਾ ਬਾਬਾ ਜਿਹੜਾ ਹੈਗਾ ਉਹ ਬਹੁਤ ਹੀ ਦਖਲ ਅੰਦਾਜ਼ੀ ਨਹੀਂ ਕਰਦਾ, ਉਹਨੂੰ ਪਤਾ ਹੁੰਦਾ ਵੀ ਹੁਣ ਇਹਦੀ ਜਵਾਨੀ ਹੈ, ਇਸ ਜਵਾਨੀ ਦੇ ਵਿੱਚ ਤਾਂ ਉਹ ਨਹੀਂ ਸਮਝਦਾ ਰੱਬ ਨੂੰ, ਟੱਬ ਦੱਸਦਾ ਉਸ ਟਾਈਮ, ਰੱਬ ਉਹਨੂੰ ਦੇਖਦਾ ਨਹੀਂ ਵੀ ਗਲਤੀਆਂ ਵੀ ਮਾਫ਼, ਸਭ ਕੁਛ ਮਾਫ਼। ਲੇਕਿਨ ਉਸ ਤੋਂ ਬਾਅਦ ਜਿਹੜੀ ਉਮਰ ਆਉਂਦੀ ਆ ਉਹ ਫਿਰ ਉਹਦਾ ਹਰ 5 ਸਾਲ ਬਾਅਦ ਉਹਦੀ ਸ਼ਕਲ ਚੇਂਜ ਹੁੰਦੀ ਆ, ਹਰ 5 ਸਾਲ ਬਾਅਦ। ਜਿਵੇਂ ਮੰਨ ਲਓ ਜੋ ਬੰਦਾ 30 ਸਾਲ ਦਾ ਉਹ 35 ਚ ਨਹੀਂ ਲੱਗ ਸਕਦਾ, ਜਿਹੜਾ 35 ਚ ਆ ਉਹ 40 ਚ ਨਹੀਂ ਹੋ ਸਕਦਾ, ਜਿਹੜਾ 40 ਚ ਆ ਉਹ 45 ਚ ਨਹੀਂ ਹੋ ਸਕਦਾ, ਜਿਹੜਾ 45 ਚ ਆ ਉਹ 55, 60, 65 ਚ ਨਹੀਂ ਹੋ ਸਕਦਾ। 5-5 ਸਾਲ ਬਾਅਦ ਤੁਹਾਡੀ ਬਾਡੀ ਦਾ ਮੈਲਡੀ ਚੇਂਜ ਹੁੰਦਾ। ਤਾਂ ਉਹਦੇ ਨਾਲ ਕੀ ਆ ਕਿ ਜਿਵੇਂ ਹੁਣ ਤੁਸੀਂ 26 ਸਾਲ ਦੇ ਹੋ, ਲੋਕੀ ਕਾਕਾ ਜੀ ਕਹਿੰਦੇ ਆ, ਤੇ 30 ਸਾਲ ਦੇ ਹੋ ਗਏ ਲੋਕੀ ਥੋੜਾ ਜਿਹਾ ਕਨਫਿਊਜ਼ ਹੋ ਜਾਂਦੇ ਨੇ, ਉਹਨੂੰ ਕਾਕਾ ਜੀ ਕਹੀਏ ਕਿ ਅੰਕਲ ਜੀ ਕਹੀਏ। 35 ਸਾਲ ਦਾ ਜਦੋਂ ਬੰਦਾ ਹੋ ਜਾਂਦਾ ਫਿਰ ਉਹਨੂੰ ਅੰਕਲ ਜੀ, ਭਾਈ ਸਾਹਿਬ ਕਹਿਣ ਲੱਗ ਜਾਂਦੇ ਆ ਲੋਕ। ਜਦੋਂ ਫਿਰ 40 ਦਾ ਹੁੰਦਾ ਫਿਰ ਅੰਕਲ ਜੀ ਕਹਿਣ ਲੱਗ ਜਾਂਦੇ।
ਦੇ ਆ ਕਿਉਂ ਬਈ ਕੀ ਹੋ ਗਿਆ ਸ਼ਕਲ ਦੇ ਉੱਤੇ ਇਹੋ ਜਿਹਾ ਕਿਵੇਂ ਲੋਕਾਂ ਨੇ ਪੜ੍ਹ ਲਿਆ ਤੁਸੀਂ 40 ਦੇ ਹੋ ਗਏ ਕਿਵੇਂ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਡੀ ਬਿਨਾਂ ਪੁੱਛੇ ਉਮਰ ਦਾ ਇਹ ਬਾਬਾ ਜੀ ਰੂਪ ਰੇਖਾ ਬਣਾਉਂਦੇ ਆ ਪਰ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਇਹ ਗੱਲ ਦੀ ਸਮਝ ਹੈ ਕਿ ਜਦੋਂ 5 ਸਾਲ ਜਦੋਂ ਸਾਡਾ 25ਵਾਂ ਸਾਲ ਚੱਲ ਰਿਹਾ ਸੀ ਉਦੋਂ ਕੀ ਕਰਨਾ ਜਦੋਂ ਸਾਡਾ 30ਵਾਂ ਸਾਲ ਚੱਲ ਰਿਹਾ ਸੀ ਉਦੋਂ ਕੀ ਕਰਨਾ ਜਦੋਂ ਸਾਡਾ 35ਵਾਂ ਚੱਲ ਰਿਹਾ ਉਹ ਲੋਕ ਉਹਨੂੰ 5 ਸਾਲ ਖੜਾ ਸਕਦੇ ਆ ਉਮਰ ਨੂੰ ਉਹ ਖੜਾ ਲੈਂਦੇ ਆ ਬਹੁਤ ਲੋਕ ਆਪਾਂ ਦੇਖਦੇ ਹਾਂ ਵੀ ਉਮਰ ਉਹਦੀ 70 ਸਾਲ ਹੁੰਦੀ ਆ ਲੱਗਦਾ ਹੁੰਦਾ 55 ਦਾ ਹੀ ਆਪਾਂ ਖੁਦ ਕਹਿੰਦੇ ਹਾਂ ਵੀ ਕੀ ਗੱਲ ਤੂੰ ਲੱਗਦਾ ਬੜਾ ਉਹ ਕੀ ਹੁੰਦਾ ਕਿ ਉਹ ਡਾਇਟ ਨੂੰ ਕੰਟਰੋਲ ਕਰਨਾ ਬਹੁਤ ਇੰਪੋਰਟੈਂਟ ਹੈ ਇਹ ਵਿਸ਼ੇ ਤੇ ਅਗਲੀ ਵਾਰੀ ਗੱਲ ਕਰਾਂਗੇ ਆਪਾਂ ਕਿ ਉਮਰ ਨੂੰ ਆਪਾਂ ਰੋਕ ਕੇ ਜੇ ਰੱਖਣਾ ਤਾਂ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਬਿਲਕੁਲ ਗੋਇਲ ਸਾਹਿਬ ਜਾਂਦੇ ਜਾਂਦੇ ਇੱਕ ਸਵਾਲ ਕਿ ਨਿਊਜ਼ੀਲੈਂਡ ਬੈਠੇ ਹੋਏ ਲੋਕ ਤੁਹਾਡੀ ਦਵਾਈ ਨੂੰ ਕਿਵੇਂ ਆਰਡਰ ਕਰਨ ਜਿਵੇਂ ਮਰਜ਼ੀ ਕਰ ਲੈਣ ਉਹਨਾਂ ਦੀ ਆਪਦੀ ਮਰਜ਼ੀ ਹੈ ਵੈਸੇ ਤਾਂ ਗੂਗਲ ਤੇ ਜਾਣਾ ਗੂਗਲ ਤੇ ਜਾ ਕੇ ਉਹਨਾਂ ਨੇ ਲਿਖਣਾ ਸੁਭਾਸ਼ ਗੋਇਲ ਚੰਡੀਗੜ੍ਹ ਮੇਰਾ ਪੂਰਾ ਚੈਪਟਰ ਖੁੱਲ ਕੇ ਆ ਜਾਂਦਾ ਉਸ ਤੋਂ ਬਾਅਦ ਸਾਡੀ ਜਿਹੜੀ ਵੈਬਸਾਈਟ ਆ www.vaidvan.com ਇਹਦੇ ਉੱਤੇ ਜਾ ਕੇ ਤੁਸੀਂ ਜਦੋਂ ਵੀ ਸਰਚ ਕਰੋਗੇ ਸਾਡੇ ਸਾਰੇ ਪ੍ਰੋਡਕਟ ਤੁਹਾਡੇ ਸਾਹਮਣੇ ਆ ਜਾਂਦੇ ਆ ਔਰ ਜੇ ਤੁਸੀਂ ਫਿਰ ਵੀ ਚਾਹੁੰਦੇ ਹੋ ਕਿ ਬਹੁਤ ਜ਼ਰੂਰੀ ਹੈ ਕਿ ਗੋਇਲ ਸਾਹਿਬ ਨੂੰ ਮਿਲਣਾ ਜਦੋਂ ਵੀ ਇੰਡੀਆ ਗੇੜਾ ਲੱਗਦਾ ਜਾਂ ਜਦੋਂ ਵੀ ਤੁਹਾਨੂੰ ਲੱਗਦਾ ਕਿ ਮਿਲਣਾ ਚਾਹੀਦਾ ਤਾਂ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਆਪਣੇ ਕੋਲ ਉਹਦੇ 'ਤੇ ਵਟਸਐਪ ਕਰਨਾ ਪਊਗਾ ਕਿਉਂਕਿ ਕਾਲ ਨਹੀਂ ਚੱਕੀ ਜਾਂਦੀ ਤੁਹਾਡੇ ਵਰਗੇ ਭੈਣ ਭਰਾ ਬਹੁਤ ਫੋਨ ਕਰਦੇ ਆ ਅਤੇ ਉਹ ਥੋੜ੍ਹੇ ਜਿਹੇ ਲੈ ਜਾਂਦੇ ਆ ਕੋਈ ਲੱਕੀਲੀ ਹੈ ਜਿਹਦਾ ਲਿਆ ਗਿਆ ਫੋਨ ਅਦਰਵਾਈਜ਼ ਤੁਸੀਂ ਜਿਹੜਾ ਨੰਬਰ ਹੈ 82 83 0 60 000 ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਗੋਇਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਨੂੰ ਦਿੱਤਾ ਸ਼ੁਕਰੀਆ ਜੀ